ਹਾਂਜੀ ਦੋਸਤੋ, ਕੀ ਹਾਲ ਚਾਲ? ਮੈਂ ਕਲੇਅਰ, ਤੁਸੀਂ ਦੇਖ ਰਹੇ ਹੋ ਕਲੇਅਰ ਵਾਈਟੀ ਤੇ ਫਾਰਮਿੰਗ ਸਿਮੂਲੇਟਰ ਬਾਈ ਦੀ ਇੱਕ ਹੋਰ ਕੈਂਟ ਜੀ ਨਵੀਂ ਵੀਡੀਓ 'ਚ ਫਿਰ ਤੋਂ ਵੈਲਕਮ ਹੈ ਸਾਰਿਆਂ ਦਾ। ਅਤੇ ਪਿਛਲੀ ਵੀਡੀਓ ਸਾਰਿਆਂ ਨੇ ਦੇਖੀ ਹੋਊਗੀ ਬਾਈ ਜੀ, ਜਿਹਨੇ ਨਹੀਂ ਦੇਖੀ ਆਈ ਬਟਨ 'ਚ ਲਿੰਕ ਹੈ, ਦੱਬੋ ਬਟਨ, ਠੀਕ ਹੈ, ਤਾਂ ਵੀਡੀਓ ਦੇਖੋ ਅਤੇ ਦੱਸੋ ਜ਼ਰੂਰ ਕਿਵੇਂ ਦੀ ਲੱਗੀ। ਅਤੇ ਅੱਜ ਦੀ ਵੀਡੀਓ 'ਚ ਆਪਾਂ ਕਰਨਾ ਕੀ ਹੈ ਬਾਈ, ਜਿਵੇਂ ਤੁਹਾਨੂੰ ਕਿਹਾ ਗਿਆ ਸੀ ਵੀ 2300 ਸਬਸਕ੍ਰਾਈਬਰ ਆਪਣੇ ਹੋ ਜਾਣਗੇ ਤਾਂ ਆਪਾਂ ਤੁਹਾਨੂੰ ਫਾਰਮ ਟਰੈਕ 6055 ਦਾ ਲਿੰਕ ਦੇ ਦਿਆਂਗੇ। ਅਤੇ ਆਪਣਾ ਟਰੈਕਟਰ ਆਪਣੇ ਕੋਲ ਆ ਗਿਆ, ਤੁਸੀਂ ਸਪੋਰਟ ਕੀਤੀ, 2300 ਸਬਸਕ੍ਰਾਈਬਰ ਆਪਣੇ ਕੰਪਲੀਟ ਹੋ ਚੁੱਕਿਆ। ਹੋ ਤਾਂ ਪਹਿਲਾਂ ਤਾਂ ਗਏ, ਥੋੜ੍ਹਾ ਜਿਹਾ ਮੇਰੇ ਧਿਆਨ 'ਚੋਂ ਗੱਲ ਨਿਕਲ ਗਈ ਸੀ, ਠੀਕ ਹੈ। ਅਤੇ ਇਹ ਟਰੈਕਟਰ ਬਾਈ ਆਇਆ ਸੀ FS19 'ਚ ਧਾਲੀਵਾਲ ਬਾਈ ਵੱਲੋਂ ਫ੍ਰੀ, ਅਤੇ ਇਹਨੂੰ ਆਪਾਂ FS22 'ਚ ਬਾਈ ਦੀ ਸਪੋਰਟ ਨਾਲ ਆਪਾਂ ਕਰਕੇ ਸੈੱਟ, ਅਤੇ FS22 ਵਾਸਤੇ ਫ੍ਰੀ ਕਰਤਾ ਤੁਹਾਡੇ ਵਾਸਤੇ, ਠੀਕ ਹੈ। ਪਾਵਰ ਮੈਕਸ ਮਾਡਲ ਆ, ਕਈ ਬੰਦੇ ਕਹਿੰਦੇ ਬਾਈ 60-55 ਆਲਰੇਡੀ ਫ੍ਰੀ ਆ, ਅਤੇ ਬਾਈ 60-55 ਦਾ ਇੱਕ ਵੇਰੀਏਟ ਨਹੀਂ ਆਉਂਦਾ, ਬਹੁਤ ਆਉਂਦੇ ਆ, ਠੀਕ ਹੈ। ਅਤੇ ਇਹ ਪਾਵਰ ਮੈਕਸ ਮਾਡਲ ਆ, ਅਤੇ ਇਹ ਵਾਲਾ ਆਪਾਂ ਅੱਜ ਕਹਿੰਦੇ ਜੀ ਲਿੰਕ ਮਿਲ ਜੂਗਾ ਤੁਹਾਨੂੰ, ਤਾਂ ਬਾਈ ਸੇਮ ਪ੍ਰੋਸੈਸ ਵਾਂਗੂ ਲਿੰਕ ਹੋਊਗਾ ਜਿਵੇਂ ਧਾਲੀਵਾਲ ਬਾਈ ਦੀ ਵੀਡੀਓ 'ਚ ਹੁੰਦਾ, ਹੈ ਨਾ, ਵੀ ਆਈ ਬਟਨ 'ਚ ਤੁਹਾਨੂੰ ਲਿੰਕ ਮਿਲ ਜੂਗਾ, ਇਹਦਾ ਪਾਸਵਰਡ, ਜੋ ਵੀ ਪਾਸਵਰਡ ਇਹਦਾ ਆਈ ਬਟਨ 'ਚ ਮਿਲੂਗਾ, ਅਤੇ ਡਿਸਕ੍ਰਿਪਸ਼ਨ 'ਚ ਇਹਦਾ ਲਿੰਕ ਮਿਲ ਜੂਗਾ ਡਾਊਨਲੋਡ ਦਾ, ਠੀਕ ਹੈ। ਅਤੇ ਆਪਣਾ ਜ਼ਰੂਰ ਦੱਬਿਓ ਬਟਨ, ਅਤੇ ਬਾਕੀ ਤੁਹਾਨੂੰ ਨੈਕਸਟ ਵੀਡੀਓ 'ਚ ਦੱਸਾਂਗੇ ਵੀ ਥੋੜ੍ਹਾ ਬਹੁਤਾ ਜੋ ਵੀ ਪਾਸਵਰਡ ਦਾ ਜਿਵੇਂ ਸਿਸਟਮ ਹੋਇਆ। ਅਤੇ ਬਾਕੀ ਮੁੰਡਿਓ ਕਰਦੇ ਹਾਂ ਵੀਡੀਓ ਸ਼ੁਰੂ, ਅਤੇ ਅੱਜ ਪੱਟਣੇ ਆ ਆਲੂ, ਐਸੇ ਟਰੈਕਟਰ ਨਾਲ ਪੱਟਾਂਗੇ, ਠੀਕ ਹੈ। ਅਤੇ ਲਓ ਜੀ, ਅਤੇ ਬਾਕੀ ਮੁੰਡਿਓ ਫਤਿਹਗੜ੍ਹ ਸਾਹਿਬ ਜਾਣ ਦੀਆਂ ਪੂਰੀਆਂ ਤਿਆਰੀਆਂ ਨੇ, ਠੀਕ ਹੈ। ਅਤੇ ਅਸੀਂ ਇੱਥੋਂ 26 ਤਰੀਕ ਨੂੰ ਜਾਵਾਂਗੇ, ਠੀਕ ਹੈ, ਵੀ ਇੰਗਲਿਸ਼ ਦੀ 26 ਤਰੀਕ ਹੋ ਗਈ, ਯਾਨੀ ਕਿ ਪੰਜਾਬੀ ਦੀ 11 ਪੂ, ਠੀਕ ਹੈ। ਅਤੇ ਬਾਕੀ ਇਹ ਆ ਵੀ ਥੋੜ੍ਹਾ ਜਿਹਾ ਮਤਲਬ ਕਿ ਸੀਨ ਸੀ, ਹਾਂ ਵੀ ਬਈ ਮੁੰਡਿਓ ਇਹ ਮੈਨੂੰ ਜ਼ਰੂਰ ਦੱਸਿਓ ਵੀ ਜਦੋਂ ਆਪਾਂ ਆਪਣੇ ਵਲੋਗ ਪਨ, ਠੀਕ ਹੈ, ਅਤੇ ਵਲੋਗ ਮਤਲਬ ਸਵੇਰੇ ਜਿਵੇਂ ਹੁਣ 7 ਵਜੇ ਵੀ ਆਪਾਂ ਵੀਡੀਓ ਪਾਉਂਦੇ ਹਾਂ, ਹੈ ਨਾ, ਵੀ 7 ਵਜੇ ਦੇ ਟਾਈਮ ਵਲੋਗ ਆਉਣ, ਜਾਂ ਜਦੋਂ ਸ਼ਾਮੀ ਆਪਣੀ ਫਾਰਮਿੰਗ ਦੀ ਵੀਡੀਓ ਆਉਂਦੀ ਹੈ ਉਸ ਟਾਈਮ ਵਲੋਗ ਆਵੇ। ਅਤੇ ਜਦੋਂ ਵਲੋਗ ਆਪਾਂ ਪਾਉਣੇ ਹਾਂ ਤਾਂ ਇਹ ਵੀ ਜ਼ਰੂਰ ਦੱਸ ਦਿਓ ਵੀ ਕ੍ਰੋਸ ਵਾਲੀ ਰਹਿਣ ਦਿੰਦੇ ਹਾਂ, ਵੀ ਆਪਾਂ ਵਲੋਗ ਮਤਲਬ ਇਹ ਆ ਵੀ ਸ਼ਾਮੀ ਪਾਈਏ, ਅਤੇ ਜੇ ਵਲੋਗ ਸਵੇਰੇ ਆ ਜਾਣ 7 ਵਜੇ ਤਾਂ ਨਾਲ ਦੀ ਨਾਲ ਫਾਰਮਿੰਗ ਦੀ ਵੀਡੀਓ ਵੀ ਡੇਲੀ ਆਵੇ। ਅਤੇ ਜੇ ਤਾਂ ਆਵੇ ਤਾਂ ਫਿਰ ਮੈਂ ਪਹਿਲਾਂ ਹੀ ਉਹਨਾਂ ਦਾ ਬਣਾ ਕੇ ਤਾਂ ਸ਼ਡਿਊਲ ਲਾ ਜੂੰਗਾ, ਫਾਰਮਿੰਗ ਵਾਲੀ ਵੀਡੀਓ ਦਾ ਪਹਿਲਾਂ ਹੀ ਬਣਾ ਕੇ ਰੱਖ ਜਾਂਗੇ, ਉਨੀਆਂ ਮੈਂ ਬਣਾ ਦੂੰਗਾ, 3-4 ਵੀਡੀਓ ਐਕਸਟਰਾ, ਠੀਕ ਹੈ। ਅਤੇ ਬਾਕੀ ਕਮੈਂਟ ਜ਼ਰੂਰ ਕਰਿਓ, ਕਿਉਂਕਿ ਜਿਵੇਂ ਤੁਸੀਂ ਕਮੈਂਟ ਕਰੋਗੇ ਫਿਰ ਉਸ ਹਿਸਾਬ ਨਾਲ ਮੈਂ ਸਿਸਟਮ ਕਰ ਦੂੰਗਾ ਸੈੱਟ ਸਾਰਾ, ਬਾਕੀ ਠੀਕ ਹੈ। ਅਤੇ ਬਾਕੀ ਜ਼ਰੂਰ ਦੱਸਿਓ ਵੀ ਵਲੋਗ ਕਿਹੜੇ ਟਾਈਮ ਆਵੇ, ਸਵੇਰ ਦੇ 7 ਵਜੇ ਦੇ ਟਾਈਮਿੰਗ 'ਚ ਵਲੋਗ ਆਵੇ ਜਾਂ ਸ਼ਾਮੀ 3 ਵਜੇ, ਠੀਕ ਹੈ। ਜਿਵੇਂ ਜਿਵੇਂ ਤੁਸੀਂ ਕਰੋਗੇ ਸਪੋਰਟ, ਤਾਂ ਆਪਾਂ ਉਵੇਂ ਕਰ ਲਾਂਗੇ। ਅੱਛਾ, ਇੱਧਰੋਂ ਰਾਹ ਨਹੀਂ ਹੈਗਾ, ਪੱਕਾ ਹੀ ਸਿਸਟਮ ਬੰਦ ਹੈ, ਮੈਂ ਹਾਂ ਖੁਦ ਫਾਟਾ ਖੋਲਣਗੇ। ਅਤੇ ਅੱਜ ਆਲੂ ਪੱਟਣੇ ਆਪਾਂ ਫਾਰਮ ਟਰੈਕ ਨਾਲ, ਬਈ ਮਸ਼ੀਨ ਡਿੱਗਰ ਕਿੱਡਾ ਤਕੜਾ ਬਾਈ, ਇਹ ਬਾਹਰ ਵਾਲੇ ਡਿੱਗਰ ਆ ਬਾਈ, ਠੀਕ ਆ, ਆਪਣੇ ਇੰਡੀਆ ਵਾਲੇ ਨਹੀਂ ਹੈਗੇ ਵੀ ਛੋਟੇ ਹੋਣਗੇ। ਅਤੇ ਦੇਖ ਲਓ ਕਿੱਡਾ ਸਾਇਜ਼ ਆ, ਉੱਡਾ ਟਰੈਕਟਰ ਆ, ਉੱਡਾ ਹੀ ਡਿੱਗਰ ਆ ਇਹ, ਮਗਰ ਡਿੱਗਰ ਹੀ ਹੁੰਦਾ ਨਾ ਵੈਸੇ ਇਹ। ਅਤੇ ਆਪਾਂ ਵੱਡੀ ਮਸ਼ੀਨ ਨਾਲ ਵੀ ਆਪਾਂ ਨੂੰ ਆਲੂ ਪੱਟਣੇ ਪੈਣਗੇ, ਕਿਉਂਕਿ ਛੋਟੀ ਨਾਲ ਆਪਣਾ ਕੰਮ ਨਹੀਂ ਸਰਨਾ। ਅਤੇ ਛੋਟੀ ਨਾਲ ਕਿਉਂਕਿ ਵੀ ਆਪਾਂ ਜਗ੍ਹਾ ਬਹੁਤ ਆ ਆਪਣੀਆਂ, ਦੇਖੋ ਇੱਥੋਂ ਮੋੜ ਮਾੜ ਇਹਦੇ ਨਾਲ ਕੱਢ ਦਿਆਂਗੇ, ਵੱਡੀ ਮਸ਼ੀਨ ਵਾਲੀ ਆਉਣ 'ਤੇ ਟਾਈਮ ਲੱਗੂ, ਉਸ ਤੋਂ ਪਹਿਲਾਂ ਮੋੜ ਮਾੜ ਕਢਾ ਦਿਆਂਗੇ ਇਹਦੇ ਨਾਲ ਸਾਰੇ, ਠੀਕ ਹੈ। ਅਤੇ ਅੱਜ ਆਪਾਂ ਕੰਮ ਕਰਦੇ ਹਾਂ ਸ਼ੁਰੂ, ਅਤੇ ਬਾਕੀ ਸਪੋਰਟ ਜ਼ਰੂਰ ਕਰਿਓ, ਅਤੇ ਦੱਬ ਕੇ ਸ਼ੇਅਰ ਕਰਿਓ, ਅਤੇ ਮੇਰਾ ਵੀਰ ਕਮੈਂਟ ਜ਼ਰੂਰ ਕਰਿਓ ਵੀ ਜਿਹੜਾ ਕਿਹੜਾ ਕਿਹੜਾ ਬੰਦਾ ਫਤਿਹਗੜ੍ਹ ਸਾਹਿਬ ਆ ਰਿਹਾ। ਸਾਡੇ ਪਿੰਡ ਉਹ 2 ਟਰਾਲੀਆਂ ਜਾਣਗੀਆਂ, ਅਤੇ ਬਾਕੀ ਆਪਾਂ ਹਾਲੇ ਤਿਆਰੀ ਕਰਦੇ ਹਾਂ ਦੇ ਵੀ ਵਲੋਗ ਬਣਾ ਦਈਏ ਜਾਂ ਸਿੱਧੇ ਜਾਣ ਦੇ ਬਣਾਉਣੀ, ਬਾਕੀ ਉਹਦਾ ਸਿਸਟਮ ਕਰਦੇ ਰਹਾਂਗੇ। ਬਾਕੀ ਇਹ ਵੀਡੀਓ ਥੱਲੇ ਕਮੈਂਟ ਜ਼ਰੂਰ ਕਰ ਦਿਓ ਵੀ ਵਲੋਗ ਵੀ ਸਵੇਰ ਦੇ ਟਾਈਮ 7 ਵਜੇ ਠੀਕ ਹੈ ਜਾਂ ਸ਼ਾਮੀ ਠੀਕ ਹੈ, ਇਕੱਲਾ ਵਲੋਗ ਆਵੇ ਕਿ ਫਾਰਮਿੰਗ ਦੀਆਂ ਵੀਡੀਓ ਵੀ ਆਉਣ। ਪਹਿਲਾਂ ਕ੍ਰੋਸ ਲਾ ਜੀ ਇਹਨੂੰ,
ਲਓ ਕਰਤਾ ਕੰਮ ਸ਼ੁਰੂ ਆਲੂ ਪੱਟਣ ਦਾ ਹੈ ਲਓ ਜੀ ਕਿਹੜੀ ਲੈਣ ਦੇ ਪੱਟੀ ਜਾਂਦਾ ਮੈਨੂੰ ਇਹ ਵੀ ਨਹੀਂ ਸਮਝ ਲੱਗ ਰਹੀ ਹਾਲੇ ਤੱਕ ਤਾਂ ਪਟੀ ਵੀ ਰਹੇ ਆ ਕਿ ਨਹੀਂ ਪਟੀ ਰਹੇ ਕੰਮ ਤਾਂ ਚਾਲੂ ਕਰਦਾ ਆਪਾਂ ਬਾਕੀ ਦੇਖੋ ਬਾਕੀ ਇਹਦੀ ਪਾਵਰ ਤਾਂ ਤੁਸੀਂ ਪਿਛਲੀ ਵੀਡੀਓ 'ਚ ਦੇਖੀ ਹੋਊਗੀ ਜਿਵੇਂ ਆਪਾਂ ਇਹ ਟਰਾਲਾ ਖਿੱਚਦਾ ਹੈ ਨਾ ਅਤੇ ਆਪਣਾ ਕਿ ਨਹੀਂ ਇਹਦੀ ਪਾਵਰ ਫੁੱਲ ਹੈ ਇਹਦਾ ਉਦੋਂ ਟਾਇਰ ਟੁੱਟ ਗਿਆ ਸੀ ਥੋੜ੍ਹਾ ਜਿਹਾ ਅਤੇ ਉਹ ਆਪਾਂ ਮਗਰੋਂ ਫਿਰ ਸੈੱਟ ਕਰਾ ਤਾ ਟਾਇਰ ਇਹਦਾ ਇੰਨਾ ਕੰਮ ਤਾਂ ਹੁੰਦਾ ਰਹਿੰਦਾ ਯਾਰ ਬੈਰਕ ਟੁੱਟਦੇ ਰਹਿੰਦੇ ਆ ਕੰਮ ਬਣਦਾ ਰਹਿੰਦਾ ਕੰਮ ਨਹੀਂ ਵਰਕਿੰਗ ਨਹੀਂ ਹੈ ਤਰੀਕੇ ਨਾਲ ਮਿਲਾ ਤਾਂ ਵੱਡੀ ਮਸ਼ੀਨ ਆ ਸਾਨੂੰ ਇੱਥੇ ਬੁਲਾਉਣੀ ਪਵੇ ਬਾਕੀ ਦੇਖ ਲਾਂਗੇ ਪਹਿਲਾਂ ਮੋੜਾਂ ਦਾ ਗੇੜਾ ਲਾ ਲਈਏ ਥੋੜ੍ਹਾ ਜਿਹਾ ਇੱਥੋਂ ਮੁੜ ਕੇਗਾ ਇਹ ਕਿੱਥੋਂ ਲੱਗ ਗਿਆ ਡਿੱਗਰ ਨਾਲ ਥੋੜ੍ਹਾ ਜਿਹਾ ਗਾਂਹ ਕਰਕੇ ਮੋੜਦਾ ਸੀ ਮੈਂ ਗਲਤ ਹੋ ਗਿਆ ਕੰਮ ਚੱਲ ਕੋਈ ਨਹੀਂ ਅਤੇ ਬਾਕੀ ਇਹਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਠੀਕ ਹੈ ਡਾਊਨਲੋਡ ਕਰ ਲਿਓ ਅਤੇ ਇਹਦਾ ਜਿਹੜਾ ਪਾਸਵਰਡ ਹੋਊਗਾ ਉਹ ਆਈ ਬਟਨ 'ਚ ਆਊਗਾ ਲਿੰਕ ਉਹਦਾ ਪਾਸਵਰਡ ਠੀਕ ਹੈ ਆਈ ਬਟਨ 'ਚ ਆਊਗਾ ਉੱਥੇ ਚੈੱਕ ਕਰ ਲਿਓ ਉਹ ਬੰਨੇ ਵਾਲਾ ਜਿਹੜਾ ਕੱਢ ਦਈਏ ਪਹਿਲਾਂ ਇਹ ਚੱਲਣ ਗਿਆ ਨਹੀਂ ਦਈ ਮਸ਼ੀਨ ਠੀਕੇ ਨਾਲ ਕਿਤੇ ਵਰਕਿੰਗ ਹੈ ਕਿਤੇ ਵਰਕਿੰਗ ਹੈ ਨਹੀਂ ਫਾੜ ਕੇ ਫਾੜ ਚੋ ਇਹ ਨਾ ਹੋਵੇ ਕਿਤੇ ਮਸ਼ੀਨ ਵੱਡੀ ਦਾ ਹੀ ਇੰਤਜ਼ਾਰ ਕਰਨਾ ਪੈ ਜਾਵੇ ਮੈਨੂੰ ਇਹ ਕੰਮ ਨਹੀਂ ਕਰ ਰਹੀ ਸੈੱਟ ਤਰੀਕੇ ਨਾਲ ਇਹ 'ਚ ਹੋਰ ਆਉਂਦੀਆਂ ਨੇ ਆ ਦੋ ਤਿੰਨ ਪਰ ਉਹਦਾ ਅਸੀਂ ਕੀ ਕਰਨਾ ਯਾਰ ਇਹਨੂੰ ਲਾਉਂਦੇ ਹਾਂ ਨਾਲ ਦੇ ਵਿਹੜੇ 'ਤੇ ਅਤੇ ਬਾਕੀ ਮੁੰਡੇ ਦੱਸਿਓ ਜ਼ਰੂਰ ਅੱਜ ਮੈਂ ਸਪੈਸ਼ਲ ਵੀਡੀਓ 'ਚ ਮੈਂ ਤੁਸੀਂ ਕਹੋਗੇ ਬਾਈ ਵੀਡੀਓ ਫਾਰਮਿੰਗ ਦੀ ਬਣਾ ਰਿਹਾ ਗੱਲਾਂ ਸਾਰੀਆਂ ਬਲੌਗ ਦੀਆਂ ਨੇ ਠੀਕ ਹੈ ਤਾਂ ਉਹ ਇਹ ਆ ਵੀ ਜਿਵੇਂ ਮੇਰੀ ਆਡੀਅੰਸ ਕਹਿੰਦੀ ਆਪਾਂ ਉਸ ਤਰੀਕੇ ਨਾਲ ਕੰਮ ਕਰੀਦਾ ਫਿਰ ਕਿਉਂਕਿ ਬਈ ਜੋ ਤੁਸੀਂ ਦੇਖਣੀ ਆ ਫਿਰ ਤੁਹਾਡੇ ਸਪੋਰਟ ਨਾਲ ਹੀ ਹੋਊਗਾ ਨਾ ਇਹ ਕੰਮ ਨਹੀਂ ਕਰਦਾ ਪਿਆ ਇਸੇ ਤਰੀਕੇ ਨਾਲ ਚੱਕਰ ਕੀ ਹੈ ਇੱਧਰੋਂ ਲਾ ਕੇ ਦੇਖੀਏ ਚੱਕ ਕੰਮ ਹੀ ਨਹੀਂ ਕਰਨ ਦਿਆ ਬਾਈ ਇੱਥੇ ਇਹਨੂੰ ਲਾਉਂਦੇ ਹਾਂ ਆਪਾਂ ਇੱਧਰ ਨੂੰ ਸੈੱਟ ਕਰਕੇ ਫਾੜ ਦਿਓ ਜਿਵੇਂ ਵੀ ਹੋਇਆ ਨੂੰ ਕਰ ਦਿਆਂਗੇ ਸੈਟਿੰਗ ਤਾਂ ਇਹਦੀ
ਅਤੇ ਬਾਕੀ ਮੁੰਡੇ ਆਪਾਂ ਬੈਕਗਰਾਊਂਡ ਆਪਣਾ ਬਦਲ ਲੱਗਿਆ, ਠੀਕ ਆ, ਹੁਣ ਬਿਲਕੁਲ ਟਰਾਂਸਪੇਰੈਂਟ ਰਹਿੰਦਾ ਸੀ, ਇਹਨੂੰ ਆਪਾਂ ਕਰਾਂਗੇ ਸੈੱਟ, ਠੀਕ ਹੈ, ਹੌਲੀ ਹੌਲੀ ਕਰਨਾ ਬਈ। ਇੱਧਰੋਂ ਥੋੜ੍ਹਾ ਜਿਹਾ ਲੱਗਦਾ ਐਂਗਲ ਹੀ ਇੱਧਰ ਦਾ ਬਣ ਰਿਹਾ ਮਸ਼ੀਨ ਦਾ, ਨਹੀਂ ਯਾਰ ਕਿਆ ਇਹਦੀ ਲਿਫਟ ਨਹੀਂ ਤਰੀਕੇ ਨਾਲ ਥੱਲੇ ਜਾ ਰਹੀ। ਮੈਨੂੰ ਇਹ ਲੱਗੀ ਜਾਂਦਾ ਇਹਦੀ ਲਿਫਟ ਨਹੀਂ, ਟਰੈਕਟਰ ਪੂਰੀ ਥੱਲੇ ਸੜਦਾ। ਇਹ ਗੱਲ ਹੋ ਸਕਦੀ ਹੈ, ਬਾਕੀ ਇਹ ਚੀਜ਼ ਹੋਣੀ ਤਾਂ ਨਹੀਂ ਚਾਹੀਦੀ। ਬਾਕੀ ਕੋਈ ਨਾ, ਇਹਦੇ ਪਿੱਛੇ ਟਰੈਕਟਰ ਬਦਲ ਪੇ ਬਦਲ ਕੇ ਵੇਖ ਲਾਂਗੇ ਆਪਾਂ ਇਹਦੇ ਅੱਗੇ, ਇਹੀ ਕੰਮ ਕਰਨਾ ਪਊ। ਬਾਕੀ ਮੈਨੂੰ ਯਾਰ ਇਵੇਂ ਦਾ ਕੰਮ ਖਰਾਬ ਹੈ, ਕਦੇ ਚੱਲਦਾ ਕਦੇ ਨਹੀਂ, ਇਹਨੂੰ ਰੋਕਣਾ ਮੈਂ। ਅਤੇ ਬਾਕੀ ਮੁੰਡੇ ਦੱਸਿਓ ਜ਼ਰੂਰ ਮੇਰਾ ਵੀ ਕਮੈਂਟ ਕਰਕੇ, ਠੀਕ ਹੈ, ਵੀ ਵਲੋਗਾਂ ਦਾ ਕੀ ਸਿਸਟਮ ਰੱਖਾਂ, ਵੀ ਮੈਂ ਵਲੋਗ ਸਵੇਰੇ 7 ਵਜੇ ਦੀ ਟਾਈਮਿੰਗ 'ਤੇ ਅਪਲੋਡ ਕਰਾਂ ਜਾਂ ਦੁਪਹਿਰੇ 3 ਵਜੇ ਅਪਲੋਡ ਕਰਾਂ। ਅਤੇ ਜੇ ਸਵੇਰੇ 7 ਵਜੇ ਦੇ ਟਾਈਮ 'ਤੇ ਵਲੋਗ ਅਪਲੋਡ ਹੋਵੇ ਤਾਂ ਜਿੱਦਣ ਵਲੋਗ ਆਉਣ ਉੱਦਣ ਗੇਮਿੰਗ ਵੀਡੀਓ 3 ਵਜੇ ਆਉਣੀ ਫਾਰਮਿੰਗ ਦੀ ਜ਼ਰੂਰੀ ਹੈ। ਜੇ ਤੁਸੀਂ ਫਾਰਮਿੰਗ ਦੀ ਵੀਡੀਓ ਵੀ ਨਾਲ ਦੇਖਣੀ ਚਾਹੁੰਦੇ ਹੋ ਤਾਂ ਫਿਰ ਉਸ ਹਿਸਾਬ ਨਾਲ ਮੈਂ ਉਹ ਵੀਡੀਓ ਪਹਿਲਾਂ ਹੀ ਬਣਾ ਕੇ ਸ਼ਡਿਊਲ ਕਰ ਦਿਆਂਗੇ ਉਹਨਾਂ ਦਾ ਟਾਈਮਿੰਗ। ਅਤੇ ਜੇ ਇਕੱਲੇ ਵਲੋਗ ਠੀਕ ਹੈ ਤਾਂ ਵੀ ਮੈਨੂੰ ਦੱਸ ਦਿਓ, ਵੀਡੀਓ ਥੱਲੇ ਕਮੈਂਟ ਜ਼ਰੂਰ ਕਰਿਓ, ਸਪੋਰਟ ਕਰਿਓ, ਕਿਉਂਕਿ ਠੀਕ ਹੈ ਜਿਹੜੇ ਵੀ ਗੱਲ ਪੂਰੀ ਵੀਡੀਓ ਦੇਖਦੇ ਆ ਮੇਰਾ ਵੀਰ ਜ਼ਰੂਰ ਦੱਸਿਓ ਕਮੈਂਟ ਕਰਕੇ, ਕਿਉਂਕਿ ਜਿਵੇਂ ਤੁਸੀਂ ਕਮੈਂਟ ਕਰੋਗੇ ਜਿਹੜੇ ਹਿਸਾਬ ਨਾਲ ਤੁਸੀਂ ਤੁਹਾਨੂੰ ਸਹੀ ਲੱਗਾ ਉਸ ਹਿਸਾਬ ਨਾਲ ਆਪਾਂ ਸਿਸਟਮ ਮੈਂ ਸਾਰਾ ਸੈੱਟ ਕਰ ਦੂੰਗਾ, ਠੀਕ ਹੈ। ਬਾਕੀ ਇਹ ਮੋਡੋ ਟਰੈਕਟਰ ਤੁਹਾਡਾ ਅੱਜ ਤੋਂ, ਠੀਕ ਹੈ, ਡਾਊਨਲੋਡ ਕਰਿਓ ਅਤੇ ਖੇਡਿਓ, FS22 ਦਾ ਮਾਡਲ ਆ ਇਹ। ਅਤੇ ਬਾਕੀ ਇਹਦਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਦਾ ਪਾਸਵਰਡ ਹੋਊਗਾ ਆਈ ਬਟਨ 'ਚ ਅਤੇ ਡਾਊਨਲੋਡ ਲਿੰਕ ਹੋਊਗਾ ਡਿਸਕ੍ਰਿਪਸ਼ਨ 'ਚ। ਅਤੇ ਬਾਕੀ ਠੀਕ ਆ ਮੁੰਡਿਓ, ਅੱਜ ਦੀ ਵੀਡੀਓ 'ਚ ਇੰਨੇ ਸੀ, ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ।